ਤਿਉਹਾਰਾਂ ਦੇ ਦਿਨ ਨਜ਼ਦੀਕ ਆਉਣ ਕਾਰਨ ਬਾਜ਼ਾਰਾਂ ਵਿੱਚ ਖਾਣ ਪੀਣ ਦਾ ਮਿਲਾਵਟੀ ਸਮਾਨ ਵੇਚਣ ਦਾ ਧੰਦਾ ਸਰਗਰਮ ਹੋ ਜਾਂਦਾ ਹੈ, ਜਿਸ ਦੇ ਨਕੇਲ ਕੱਸਣ ਲਈ ਦੀਨਾ ਨਗਰ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਅਰੀ ਅਤੇ ਬੇਕਰੀ ਦੁਕਾਨਾਂ ਤੇ ਛਾਪੇਮਾਰੀ ਕਰ ਦੁੱਧ, ਦਹੀਂ, ਪਨੀਰ ਆਦਿ ਵਸਤਾਂ ਦੇ ਸੈਂਪਲ ਲਏ ਗਏ। DHO ਡਾਕਟਰ ਸੁਧੀਰ ਕੁਮਾਰ ਨੇ ਦੱਸਿਆ ਕਿ ਲਏ ਗਏ ਸੈਂਪਲਾਂ ਨੂੰ ਟੈਸਟ ਲਈ ਚੰਡੀਗੜ੍ਹ ਲੈਬ 'ਚ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਲੋਕੀ ਜਿਹੜੇ ਆ ਦੁੱਧ ਦੇ ਪ੍ਰੋਡਕਟ, ਜਿਹੜਾ ਫਰੂਟ ਹੈ ਉਹਦੇ ਵਿੱਚ ਕੈਮੀਕਲ ਪਾ ਕੇ ਅਤੇ ਉਹ ਲੋਕਾਂ ਨੂੰ ਦਿੰਦੇ ਆ, ਉਹਦੇ ਨਾਲ ਲੋਕਾਂ ਦੀ ਸਿਹਤ ਜਿਹੜੀ ਆ ਖਰਾਬ ਹੋ ਜਾਂਦੀ ਆ। ਅਸੀਂ ਇਸ ਕਰੇ ਇਹਨਾਂ ਦੁਕਾਨਾਂ ਤੋਂ ਸੈਂਪਲ ਭਰੇ ਆ ਅਤੇ ਇਹਨਾਂ 'ਤੇ ਐਕਸ਼ਨ ਲਾਂਗੇ ਜੇ ਫੇਲ ਆ। ਉਹ ਦੋ ਹੈਗੀਆਂ ਡੇਅਰੀਆਂ, ਇੱਕ ਹੈਗਾ ਕੇਲੇ ਦੇ ਜਿਹੜੇ ਰਾਈਪ ਕਰਦੇ ਆ, ਇੱਕ ਬਾਜਰਾ ਅਤੇ ਇੱਕ ਘੁੱਗੀ ਡੇਅਰੀ ਹੈ। ਮਾਨ ਤੋਂ ਹੈਗਾ ਜਿਹੜੇ ਫਰੂਟ ਰਾਈਪ। ਗੁਰਦਾਸਪੁਰ ਤੋਂ ਦੀਪਕ ਕੁਮਾਰ, ਖਬਰ ਹਰਪਲ ਇੰਡੀਆ ਲਈ।